ਕ੍ਰਿਸ਼ਨ ਤੇ ਸਵਿਤਰੀ ਦਾ ਪੁੱਤਰ ਸਰਵਣ ਭਗਤ ਜਦੋਂ ਆਪਣੇ ਮਾਤਾ ਪਿਤਾ ਦੇ ਕਹਿਣ ਤੇ ਪਾਣੀ ਲੈਣ ਵਾਸਤੇ ਗਿਆ ਤਾਂ ਰਾਜੇ ਦਸ਼ਰਥ ਦਾ ਤੀਰ ਸਰਵਣ ਦੇ ਵੱਜਿਆ। ਸਰਵਣ ਹਾਏ ਕਰਦਾ ਡਿੱਗ ਪਿਆ, ਮਾਮੇ ਹੱਥੋਂ ਭਾਣਜਾ ਮਰਨ ਲੱਗਿਆ। ਮਾਮਾ, ਮੈਂ ਤਾਂ ਮਾਪਿਆਂ ਲਈ ਪਾਣੀ ਲੈਣ ਵਾਸਤੇ ਆਇਆ ਸੀ ਪਰ ਮੇਰੀ ਕਿਸਮਤ ਹਾਰ ਗਈ, ਪਰ ਮੈਂ ਹੁਣ ਇਹ ਦੁਨੀਆ ਛੱਡ ਕੇ ਜਾ ਰਿਹਾ, ਮੇਰੇ ਮਾਪਿਆਂ ਨੂੰ ਪਾਣੀ ਪਿਆ ਦੀ। ਇਉਂ ਕਹਿ ਕੇ ਸਰਵਣ ਮਰ ਗਿਆ। ਜਦੋਂ ਰਾਜਾ ਪਾਣੀ ਲੈ ਕੇ ਪਹੁੰਚਿਆ ਤੇ ਸਾਰੀ ਕਹਾਣੀ ਜਾ ਕੇ ਸਰਵਣ ਦੇ ਮਾਪਿਆਂ ਨੂੰ ਦੱਸੀ ਤਾਂ ਕੀ ਹੋਇਆ ਸੁਣ ਕੇ ਗੱਲ ਰਾਜੇ ਦੀ, ਦੋਵੇਂ ਹੋ ਗਏ ਹਾਲ ਸ਼ੁਦਾਈਆਂ। ਮਿੱਟੀਆਂ ਨਾ ਲਿਖੀਆਂ ਤਕਦੀਰਾਂ ਪੇਸ਼ ਅੰਤ ਨੂੰ ਆਈਆਂ, ਸਰਵਣ ਸਰਵਣ ਦੀ ਰੱਟ ਲਾਈ, ਵਿਲਕਣ ਦੇਣ ਦੁਹਾਈਆਂ। ਮਾਪਿਆਂ ਤੋਂ ਝੱਲੀਆਂ ਨਾ ਜਾਵਣ ਪੁੱਤਰਾਂ ਦੀਆਂ ਜੁਦਾਈਆਂ, ਪੁੱਤ ਦਾ ਦੁੱਖ ਮਾਪਿਆਂ ਨੂੰ ਖਾ ਗਿਆ। ਰਿਸ਼ਪਾਲ ਸਿੰਘ ਪਮਾਲ ਦਾ ਢਾਡੀ ਜੱਥਾ ਗਾ ਕੇ ਇੰਜ ਦੱਸਦਾ ਹੈ। ਸਰਵਣ ਪੁੱਤ ਦਾ ਬੁਰਾ ਵਿਛੋੜਾ।
ਸਰਵਣ ਪੁੱਤ ਦਾ ਬੁਰਾ ਵਿਛੋੜਾ, ਦੁੱਖ ਚੱਲਿਆ ਜਾਵੇ ਨਾ, ਸਰਵਣ ਪੁੱਤ ਦਾ ਸਰਵਣ ਪੁੱਤ।